ਸਰ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਇਹਦੇ ਬਾਰੇ ਦਿਓ ਜਾਣਕਾਰੀ ਵੀ ਕੀ ਪੂਰਾ ਮਾਮਲਾ? ਇਹ ਮਾਮਲਾ ਇਹ ਹੈ ਜੀ, ਮੈਂ ਸਮੇਤ ਪੁਲਿਸ ਪਾਰਟੀ ਦੇ ਨਸ਼ੇ ਤਸਕਰੀ ਤਲਾਸ਼ ਦੇ ਸੰਬੰਧ ਵਿੱਚ ਬੱਸ ਅੱਡਾ ਭਾਵੀਆਂ ਕਲਾਂ ਲਿਆਉਣਾ ਜਿਹੜਾ ਮਨਜ਼ੂਰ ਸੀ, ਅਤੇ ਉੱਥੇ ਮੈਨੂੰ ਮੁਖਬਰ ਵੱਲੋਂ ਅਤਲਾਹ ਮਿਲਣ 'ਤੇ ਵਿੱਕੀ ਸ਼ਰਮਾ ਵਾਸੀ ਕਰਨੈਲ ਸਿੰਘ ਕਲੋਨੀ ਭਾਮੀਆਂ ਰੋਡ ਜਿਹੜੀ ਤਾਜਪੁਰ ਰੋਡ ਲੁਧਿਆਣਾ ਅਤੇ ਰਮਿਤ ਗਰੋਵਰ ਵਾਸੀ ਸ਼ਿਵਾਜੀ ਨਗਰ ਲੁਧਿਆਣਾ ਦੇ ਖਿਲਾਫ਼ ਆ ਜਿਹੜਾ ਥਾਣਾ ਐਸ ਟੀ ਐਫ ਮੋਹਾਲੀ ਮੁਕੱਦਮਾ ਦਰਜ ਕਰਾ ਕੇ ਦਰਾਨੇ ਨਾਕਾਬੰਦੀ ਇਹਨਾਂ ਦੇ ਕਬਜ਼ਾ ਵਿੱਚ ਲਈ ਹੀਰੋ ਮੈਸਟਰੋ ਸਕੂਟਰੀ ਦੀ ਡਿੱਗੀ ਦੇ ਵਿੱਚੋਂ ਜਿਹੜੀ ਹੈ 680 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ। ਸਰ ਕਿੱਥੋਂ ਲਿਆਉਂਦੇ ਸੀ ਔਰ ਕਿੰਨੀ ਦੇਰ 'ਚ ਕੰਮ ਕਰਦੇ ਸੀਗੇ ਇਹ ਅਤੇ ਕਿੱਥੇ ਕਿੱਥੇ ਸਪਲਾਈ ਕਰਦੇ? ਇਹ ਤਕਰੀਬਨ ਤਿੰਨ ਚਾਰ ਸਾਲ ਤੋਂ ਜਿਹੜਾ ਇਹ ਵਿੱਕੀ ਸ਼ਰਮਾ ਜਿਹੜਾ ਇਹ ਹੈਰੋਇਨ ਵੇਚਣ ਦਾ ਨਜਾਇਜ਼ ਹੁੰਦਾ ਜਿਹੜਾ ਹੈਰੋਇਨ ਕਰਦਾ। ਇਹ ਵਿੱਕੀ ਸ਼ਰਮਾ ਦੇ ਖਿਲਾਫ਼ ਪਹਿਲਾਂ ਵੀ ਹੈਰੋਇਨ ਦੀ ਨਸ਼ਾ ਤਸਕਰੀ ਦੇ ਥਾਣਾ ਜਮਾਲਪੁਰ ਵਿਖੇ ਦੋ ਮੁਕੱਦਮੇ ਜਿਹੜੇ ਦਰਜ ਨੇ। ਇਹ ਜਿਹੜੀ ਹੈਰੋਇਨ ਆ ਇਹ ਦਿੱਲੀ ਕਿਸੇ ਨੀਗਰੋ ਤੋਂ ਲੈ ਕੇ ਆਉਂਦਾ। ਇਹ ਸਪਲਾਈ ਕਿੱਥੇ ਕਰਦੇ ਸੀ? ਇਹ ਸਪਲਾਈ ਜਿਹੜੀ ਹੈਰੋਇਨ ਦੀ ਇੱਥੇ ਲੁਧਿਆਣਾ ਲੋਕਲ ਏਰੀਏ ਵਿੱਚ ਆਪਣੇ ਗਾਹਕਾਂ ਨੂੰ ਜਿਹੜੀ ਸਪਲਾਈ ਕਰਦਾ। ਇਹ ਖੁਦ ਵੀ ਡਿਕਟ ਨੇ ਸਰ? ਇਹ ਜਿਹੜਾ ਵਿੱਕੀ ਸ਼ਰਮਾ ਇਹ ਜਿਹੜਾ ਨਸ਼ੇ ਦਾ ਸੇਵਨ ਨਹੀਂ ਕਰਦਾ ਜੀ, ਜਿਹੜਾ ਰਮਿਤ ਗਰੋਵਰ ਆ ਉਹ ਜਿਹੜਾ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਦਾ।